ਫਤਿਹ। ਅੱਜ ਅਸੀਂ ਪਿੰਡ ਭਮੱਦੀ ਤੋਂ ਮੋਹਨਪੁਰ ਸਕੋਹੀ ਗੱਗਣ ਮਾਤਾ ਸੰਗਤਾਂ ਨੂੰ ਲੈ ਕੇ 10ਵੇਂ ਸਾਲ ਦੀ ਅਖੀਰਲੇ ਮਹੀਨੇ ਦੀ ਯਾਤਰਾ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਪਲਾਸੌਰ ਅਤੇ ਗੁਰੂ ਘਰ ਦੇ ਇਤਿਹਾਸ ਉੱਤੇ ਦਰਸ਼ਨ ਕਰਨ ਆਏ ਅਤੇ ਨਾਲ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਾਂ। ਇਸ ਸਥਾਨ 'ਤੇ ਫਰਮਾਉਣ ਸ਼ਹੀਦਾਂ ਦਾ ਇਸ ਪ੍ਰਕਾਰ ਹੈ ਕਿ ਪਿੰਡ ਕੁੰਬੜਵਾਲ ਦੇ ਭਾਈ ਜੰਗੀਰਾ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਸੇਵਕ ਸਨ। ਭਾਈ ਜੰਗੀਰਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਦੇ ਚਰਨ ਪਹੁਲ ਦੀ ਪ੍ਰਾਪਤ ਹੋਈ ਸੀ ਅਤੇ ਇਸ ਤੋਂ ਬਾਅਦ ਜਦੋਂ ਨਥਾਣੇ ਢਾਬ 'ਤੇ ਜੰਗ ਹੋਈ ਤਾਂ ਗੁਰੂ ਜੀ ਨਾਲ ਸ਼ਾਹੀ ਫੌਜ ਦੀ ਉਸ ਵਕਤ ਭਾਈ ਜੰਗੀਰੇ ਅਤੇ ਹੋਰ ਬਹੁਤ ਸੰਗਤ ਗੁਰੂ ਜੀ ਦੇ ਨਾਲ ਸੀ। ਛੂਏ ਨੇ ਖਬਰ ਦਿੱਤੀ ਸੀ ਕਿ ਗੁਰੂ ਜੀ ਦੀ ਫੌਜ ਚੜ੍ਹੀ ਆ ਰਹੀ ਹੈ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਕਈ ਕਈ ਕੰਬਲਾਂ ਦੀਆਂ ਗਠੜੀਆਂ ਮਾਰ ਲਵੋ ਅਤੇ ਸਿਰਾਂ 'ਤੇ ਬੰਨ੍ਹ ਲਵੋ ਅਤੇ ਕਮਰ ਕਸੇ ਕੱਸ ਲਵੋ, ਜਾਣੀ ਜਾਂ ਸਤਿਗੁਰੂ ਕੋਲ ਕੰਬਲ ਪਹਿਲਾਂ ਹੀ ਸੀ ਮੰਗਵਾਏ ਹੋਏ ਸਨ ਅਤੇ ਲੜਾਕੇ ਸਿੰਘਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਮਰ ਕਸੇ ਕੱਸ ਲਏ ਅਤੇ ਸ਼ਾਹੀ ਫੌਜ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ। ਘਮਸਾਨ ਦਾ ਯੁੱਧ ਹੋਇਆ, ਗੁਰੂ ਜੀ ਦੀ ਜਿੱਤ ਹੋਈ ਅਤੇ ਇਸ ਜੰਗ ਤੋਂ ਬਾਅਦ ਭਾਈ ਜੰਗੀਰਾ ਜੀ ਵੀ ਛੇਵੇਂ ਪਾਤਸ਼ਾਹੀ ਤੋਂ ਖੁਸ਼ੀਆਂ ਲੈ ਕੇ ਪਿੰਡ ਕੁੰਬੜਵਾਲ ਆ ਗਏ। ਪਿੰਡ ਵਾਲੇ ਲੋਕ ਕਹਿਣ ਲੱਗੇ ਕਿ ਇਹ ਲੜਾਈ ਤੋਂ ਡਰਦੇ ਭੱਜੇ ਆਏ ਹਨ। ਉਸ ਤੋਂ ਬਾਅਦ ਚਾਰੇ ਜੰਗਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਕੀਰਤਪੁਰ ਜਾ ਵਿਰਾਜੇ। ਕੁਝ ਸਮੇਂ ਤੋਂ ਬਾਅਦ ਬਾਬਾ ਗਦੋਤਾ ਜੀ ਦੇ ਸਰੀਰ ਛੱਡਣ ਦਾ ਪਤਾ ਲੱਗਾ ਤਾਂ ਸੰਗਤ ਭਾਈ ਭਗਤੇ ਤੋਂ ਰਸਤੇ ਲੈ ਕੇ ਗੱਡੇ ਘੋੜਿਆਂ ਸਮੇਤ ਚੱਲੀਆਂ। ਪਿੰਡ ਤਵਾ ਹੰਢਾਇਆ ਹੁੰਦੀਆਂ ਪਿੰਡ ਕੁੰਬੜਵਾਲ ਆਈਆਂ। ਇੱਥੇ ਭਾਈ ਜੰਗੀਰਾ ਜੀ ਦੇ ਹੋਰ ਸੰਗਤਾਂ ਨੇ ਰਸਤਾ ਲੈ ਕੇ ਸੰਗਤਾਂ ਦੇ ਨਾਲ ਚਾਲੇ ਪਾਏ। ਇਸ ਸਥਾਨ 'ਤੇ ਸੀਟਾਂ ਵਾਲੇ ਦੀ ਫੌਜ ਨੇ ਘੇਰ ਲਿਆ ਅਤੇ ਬਹੁਤ ਘਮਸਾਨ ਦੀ ਜੰਗ ਹੋਈ। ਬਹੁਤ ਸਿੱਖਾਂ ਬੁੱਢੇ ਮਾਈਆਂ ਸ਼ਹੀਦ ਹੋ ਗਈਆਂ। ਕੁਝ ਸਿੱਖ ਰਾਤ ਦਾ ਸਹਾਰਾ ਲੈ ਕੇ ਘੋੜਿਆਂ 'ਤੇ ਕੀਰਤਪੁਰ ਪਹੁੰਚ ਗਏ ਅਤੇ ਉਹਨਾਂ ਨੇ ਛੇਵੇਂ ਪਾਤਸ਼ਾਹ ਦੀ ਅੱਗੇ ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸੀਟਾਂ ਵਾਲੀ ਫੌਜ ਨੇ ਗੁਰੂ ਦੀਆਂ ਰਾਸਤਾਂ ਲੁੱਟੀਆਂ ਲਈਆਂ ਅਤੇ ਬਹੁਤ ਸਿੱਖ ਅਤੇ ਮਾਈਆਂ ਸ਼ਹੀਦ ਕਰ ਦਿੱਤੇ ਹਨ। ਤਾਂ ਸਿੱਖਾਂ ਦੀ ਬੇਨਤੀ ਸੁਣ ਕੇ ਜਾਣੀ ਜਾਂ ਸਤਿਗੁਰੂ ਜੀ ਨੇ ਘੋੜਾ ਬੀੜਿਆ ਅਤੇ ਇਸ ਸਥਾਨ 'ਤੇ ਪਹੁੰਚ ਗਏ ਅਤੇ ਘੋੜਾ ਬੇਰੀ ਨਾਲ ਬੰਨ੍ਹ ਦਿੱਤਾ ਅਤੇ ਜੋ ਬੇਰੀ ਅੱਜ ਵੀ ਮੌਜੂਦ ਹੈ, ਮਹਾਰਾਜ ਜੀ ਨੇ ਦੋ ਅੰਗੀਠੇ ਤਿਆਰ ਕਰਵਾਏ। ਸ਼ਹੀਦ ਸਿੱਖ ਸਿੰਘਣੀਆਂ ਦਾ ਸੰਸਕਾਰ ਕਰ ਦਿੱਤਾ ਅਤੇ ਇਹਨਾਂ ਵਿੱਚ ਭਾਈ ਜੰਗੀਰਾ ਵੀ ਸੀ ਸਨ, ਜਿਨ੍ਹਾਂ ਦਾ ਇਸ ਸਥਾਨ 'ਤੇ ਹਾਜ਼ਰ ਨਾਜ਼ਰ ਪਹਿਰਾ ਦਿੱਤਾ। ਇਸ ਸਥਾਨ 'ਤੇ ਜੋ ਅੱਜ ਮੰਜੀ ਸਾਹਿਬ ਹੈ ਅਤੇ ਇੱਥੇ ਬੈਠ ਕੇ ਮਹਾਰਾਜ ਨੇ ਕੀਰਤਨ ਸੁਹੇਲੇ ਦਾ ਪਾਠ ਕੀਤਾ ਅਤੇ ਵਰ ਦਿੱਤਾ ਕਿ ਇੱਥੇ ਜੋ ਅੱਜ ਦੁੱਧ ਵਾਲਿਆਂ ਨੂੰ ਦੁੱਧ ਅਤੇ ਪੁੱਤ ਵਾਲਿਆਂ ਨੂੰ ਪੁੱਤ ਪ੍ਰਾਪਤੀ ਹੋਣਗੇ। ਇੱਟਾਂ ਦਾ ਜੋੜਾ ਰੱਖ ਕੇ ਇਹ ਵਰ ਦਿੱਤਾ, ਸੱਚੀ ਅਰਦਾਸ ਕਰਨ ਵਾਲਿਆਂ ਦੀ ਹਰ ਮਰਿਆਦਾ ਪੂਰੀ ਹੋਵੇਗੀ। ਇੱਥੇ ਸ਼ਹੀਦਾਂ ਦਾ ਪਹਿਰਾ ਰਹੇਗਾ ਅਤੇ ਇਸ ਸਥਾਨ 'ਤੇ ਇੱਕ ਸੰਗਰੂਰ ਦੀ ਪੰਡਤਾਂ ਦੀ ਮਾਈ ਨੂੰ ਸ਼ਹੀਦ ਪੈਰੋ ਵਿੱਚ ਪ੍ਰਗਟ ਹੋਏ। ਇਸ ਮਾਈ ਦੇ ਪੇਕੇ ਭੱਦੜਵਾੜ ਸਨ ਅਤੇ ਮਾਈ ਨੇ ਭੱਦੜਵਾੜ ਦੀ ਸੰਗਤ ਅਤੇ ਛੋਟੇ ਗੁੰਮਦ ਦੀ ਸੇਵਾ ਕਰਵਾਈ। ਇਸ ਸਥਾਨ ਦਾ ਇਹ ਇਤਿਹਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਅਕਾਲ।